कहना चाहती हाँ कि चढ़दी कला विच रहिंदे आ ढहिंदी आले जाणी ना हत्थां दे विच कड़े ने साडे लहिंदी आले जाणी ना मजदूर एकता पर शर्म की गल आ भी किसान किसानां दे नहीं तशद्दुद हो रहे ने ਭੇਜੀਆਂ ਨੇ ਪਾਣੀ ਵੀ ਭੇਜਿਆ ਪਿੱਛੇ ਨਹੀਂ ਹਟਦੇ ਜੀ ਅੱਗੇ ਡਟ ਕੇ ਖੜਾਂਗੇ ਵੀਰ ਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਢਹਿੰਦੀ ਵਾਲੇ ਜਾਣੀ ਨਾ ਹੱਥਾਂ ਦੇ ਵਿੱਚ ਕੜੇ ਨੇ ਸਾਡੇ ਲਹਿੰਦੀ ਵਾਲੇ ਜਾਣੀ ਨਾ ਕੱਲ ਜੋ ਕੁਛ ਵੀ ਇਹਨਾਂ ਨੇ ਤਸ਼ੱਦਦ ਸਾਡੇ ਤੇ ਕਰ ਲਿਆ ਉੱਥੋਂ ਸਰਕਾਰ ਦੀ ਸਾਫ਼ ਨੀਤੀ ਪਤਾ ਲੱਗਦੀ ਆ ਵੀ ਇਹਦੇ ਦਿਲ 'ਚ ਕੀ ਆ ਮੈਂ ਤਾਂ ਕਹਿੰਦੀ ਹਾਂ ਜੇ ਸਾਨੂੰ ਇਹ ਅੱਡ ਸਮਝਦੇ ਆ ਤਾਂ ਇੱਥੇ ਲਿਖ ਕੇ ਹੀ ਲਾ ਦੇਣ ਵੀ ਇਹ ਖਾਲਿਸਤਾਨੀ ਨੇ ਅਸੀਂ ਤਾਂ ਕਿਸਾਨ ਆ ਕਿਸਾਨਾਂ ਦੇ ਉੱਤੇ ਹਮੇਸ਼ਾ ਹੀ ਤਸ਼ੱਦਦ ਹੁੰਦਾ ਆਇਆ ਆ ਪਰ ਅਸੀਂ ਹਟਣ ਵਾਲੇ ਨਹੀਂ ਹੈਗੇ ਸਾਡੇ ਹੌਸਲੇ ਬੁਲੰਦ ਨੇ ਪਰ ਸ਼ਰਮ ਦੀ ਗੱਲ ਆ ਵੀ ਕਿਸਾਨ ਕਿਸਾਨਾਂ ਦੇ ਨੇ ਤਸ਼ੱਦਦ ਹੋ ਰਹੇ ਨੇ ਇਹ ਸਿਆਸਤਦਾਨ ਕਿਸਾਨਾਂ ਨੂੰ ਆਪਣੇ ਹੱਕ ਮੰਗਦੇ ਆ ਅਸੀਂ ਕਿਹੜੇ ਪਾਸੇ ਉਲਝਾਈ ਜਾਂਦੇ ਨੇ ਅਸੀਂ ਅੱਡ ਅੱਡ ਡਿਸਟ੍ਰਿਕਟ ਤੋਂ ਆ ਪਰ ਅਸੀਂ ਸਾਰੇ ਇੱਕ ਆ ਪੰਜਾਬੀ ਆ ਇਹ ਪਾਕਿਸਤਾਨ ਦਾ ਬਾਰਡਰ ਨਹੀਂ ਹੈ ਹਰਿਆਣੇ ਦਾ ਬਾਰਡਰ ਹੈ ਇਹ ਸਾਡੇ ਲੋਕ ਇੱਥੇ ਰਹਿੰਦੇ ਨੇ ਇੱਥੇ ਪਾਕਿਸਤਾਨ ਦੇ ਲੋਕ ਨਹੀਂ ਰਹਿੰਦੇ ਜਿਨ੍ਹਾਂ ਦੇ ਉੱਤੇ ਪੂਰੀ ਫੋਰਸ ਲਾ ਕੇ ਤੇ ਅੱਗੇ ਨਾ ਬਿਲਕੁਲ ਬੰਦ ਸੀਲ ਕਰ ਦਿੱਤਾ ਜਿਵੇਂ ਕਿ ਪਾਕਿਸਤਾਨ ਦਾ ਬਾਰਡਰ ਤੇ ਆਪਣਾ ਪੰਜਾਬ ਉੱਧਰ ਹਿੰਦੁਸਤਾਨ ਦਾ ਬਾਰਡਰ ਪਰ ਸਾਡੀ ਹਰਿਆਣੇ ਵਾਲੀ ਭਰਾ ਵੀ ਸਾਨੂੰ ਇਹ ਕਹਿ ਰਿਹਾ ਵੀ ਇੱਕ ਵਾਰ ਟੱਪਿਆ ਉਹ ਅੱਗੇ ਅਸੀਂ ਖੜੇ ਆ ਬਹੁਤਿਆਂ ਦੇ ਕਾਲ ਆਏ ਆ ਉਹ ਕਹਿੰਦੇ ਬੇਬੇ ਸਾਡੇ ਤੇ ਲਾਠੀ ਚਾਰਜ ਕਰ ਆਈ ਥਿੰਕ ਉਹ ਭੈਣ ਨੂੰ ਬੇਬੇ ਕਹਿੰਦੇ ਆ ਪਰ ਫਿਰ ਵੀ ਉਹ ਕਹਿੰਦੇ ਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਔਰ ਵਿੱਚੋਂ ਵਿੱਚੋਂ ਜਿਹੜੇ ਵੀ ਰਾਹ ਆਉਂਦੇ ਆ ਵਿਚਾਰਿਆਂ ਨੇ ਅੱਜ ਬੋਰੀਆਂ ਵੀ ਭੇਜੀਆਂ ਨੇ ਪਾਣੀ ਵੀ ਭੇਜਿਆ ਪਿੱਛੇ ਨਹੀਂ ਹਟਦੇ ਜੀ ਅੱਗੇ ਡਟ ਕੇ ਖੜਾਂਗੇ ਪਰ ਮੈਨੂੰ ਪਤਾ ਹੈ ਜਿੱਥੋਂ ਤੱਕ ਵੀ ਜਵਾਨਾਂ ਦੇ ਦਿਲ 'ਚ ਵੀ ਦਰਦ ਹੋਊਗਾ ਆਈ ਥਿੰਕ ਉਹ ਆਰਡਰ ਨੂੰ ਫੋਲੋ ਕਰ ਰਹੇ ਨੇ ਪਰ ਫਿਰ ਵੀ ਕੋਈ ਗੱਲ ਨਹੀਂ ਇੱਧਰ ਵੀ ਜਵਾਨ ਨੇ ਉੱਧਰ ਵੀ ਜਵਾਨ ਨੇ ਇੱਧਰ ਵੀ ਕਿਸਾਨ ਨੇ ਉੱਧਰ ਵੀ ਕਿਸਾਨ ਨੇ ਦੇਖਦੇ ਹਾਂ ਆਰ ਪਾਰ ਦੀ ਲੜਾਈ ਕਹਿ ਕੇ ਆਏ ਸੀਗੇ ਵੀ ਹੁਣ ਆਰ ਪਾਰ ਹੋਣਾ ਪਊਗਾ ਹੋ ਜਾਵਾਂਗੇ ਕਿਉਂਕਿ ਅਸੀਂ ਇੰਨਾ ਕੋ ਮੁੱਕਰਦੇ ਨਹੀਂ ਹੈਗੇ ਤਾਂ MSP ਤੇ ਗਾਰੰਟੀ ਦੇ ਕੇ ਮੁੱਕਰ ਗਏ ਅਸੀਂ ਮੁੱਕਰਨ ਵਾਲਿਆਂ 'ਚ ਤਾਂ ਹੈ ਨਹੀਂ ਜੇ ਕਹਿੰਦੇ ਆਰ ਪਾਰ ਹਾਂ ਪਰ ਹੱਕ ਅਸੀਂ ਆਪਦਾ ਲੈ ਕੇ ਆਵਾਂਗੇ ਝੂਠਾ ਹੈ ਬਿਲਕੁਲ ਝੂਠਾ ਹੈ ਜੀ ਸਾਰੇ ਲੋਕ ਹੀ ਉਲਝਾਏ ਪਏ ਨੇ ਇਹਨੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਖੁੱਲੇ ਅਸਮਾਨ 'ਚ ਖੜ ਕੇ ਵੀ ਦਸਵੇਂ ਪਾਤਸ਼ਾਹ ਵੀ ਸਾਡੇ ਨਾਲ ਸਾਡੇ ਅੰਗ ਸੰਗ ਸਹਾਈ ਰਹੇ ਤੇ ਸਾਡੇ ਵੀਰਾਂ ਦੇ ਨਾਲ ਅੰਗ ਸੰਗ ਸਹਾਈ ਰਹੇ ਬਹੁਤ ਹੋਏ ਨੇ ਕੱਲ ਫੱਟੜ ਬਹੁਤ ਹੋਏ ਨੇ ਹਾਂਜੀ ਪਰ ਫਿਰ ਵੀ ਉਹਨਾਂ ਦੇ ਹੌਸਲੇ ਬੁਲੰਦ ਆ ਜੀ ਅੱਜ ਵੀ ਆ ਕੇ ਉਹ ਨਾਲ ਖੜੇ ਨੇ ਤੇ ਕਹਿੰਦੇ ਆ ਵੀ ਫਿਰ ਅੱਗੇ ਜਾਵਾਂਗੇ ਇਹ ਰਵਈਆ ਕਿਦਾਂ ਦਾ ਲੱਗਦਾ ਤੁਹਾਨੂੰ ਸਰਕਾਰ ਦਾ ਠੀਕ ਹੈ ਵੀਰ ਜੀ ਸਾਨੂੰ ਤਾਂ ਰਵਈਆ ਠੀਕ ਨਹੀਂ ਲੱਗਿਆ ਤਾਂ ਹੀ ਤਾਂ ਅਸੀਂ ਘਰੋਂ ਤੁਰੇ ਆ ਇਹਨਾਂ ਨੇ ਪਹਿਲਾਂ ਤਿਆਰੀਆਂ ਕੀਤੀਆਂ ਸੀ ਕਿਉਂਕਿ ਇਹਨਾਂ ਦੇ ਦਿਲ 'ਚ ਚੋਰ ਸੀਗਾ ਇਹਨਾਂ ਨੂੰ ਪਤਾ ਸੀ ਵੀ ਅਸੀਂ ਮੀਟਿੰਗਾਂ ਕਰੀ ਤਾਂ ਜਾਂਦੇ ਆ ਅਸੀਂ ਬੇਵਕੂਫ ਬਣਾਉਣਾ ਪਰ ਫਿਰ ਵੀ ਰਵਈਆ ਹੁਣ ਤੁਸੀਂ ਦੇਖ ਲਓ ਜੀ ਸਾਰੇ ਲੋਕਾਂ ਨੂੰ ਦਿਖਾਓ ਵੀ ਰਵਈਆ ਇਹਨਾਂ ਦਾ ਹੈ ਕੀ ਆ ਇਹ ਕਿਸਾਨ ਹੈ ਜਿਹੜਾ ਵਿਚਾਰਾ ਆਪਣੇ ਹੱਕਾਂ ਦੀ ਲੜਾਈ ਲੜਨ ਜਾ ਰਿਹਾ ਤੇ ਇਹ ਸਿਆਸਤਦਾਨ ਕਿਹੜੇ ਪਾਸੇ ਉਲਝਾਈ ਖੜੇ ਆ ਨਾ ਇੱਕ ਪਾਸੇ ਅੰਨਦਾਤਾ ਔਰ ਦੇਖਿਓ ਫਿਰ ਇਹਨਾਂ ਨੇ ਇਹ ਬਣਾ ਦੇਣਾ ਜੀ ਇਹਨਾਂ ਨੇ ਕੀਤਾ ਹੈ ਕਿ ਤਾਂ ਔਰ ਤੁਸੀਂ ਸਾਰੇ ਦੇਖ ਰਹੇ ਹੋ ਤਾਂ ਸਾਰਿਆਂ ਨੂੰ ਲੰਗਰ ਵੀ ਛਕਾ ਰਹੇ ਆ ਛਕ ਰਹੇ ਆ ਤੇ ਪੀਸਫੁਲ ਆਪਣਾ ਜਾ ਰਹੇ ਆ ਸਾਡੇ ਵੈਰੀ ਉਹਨਾਂ ਨੂੰ ਵੀ ਖਵਾ ਲੈਂਦੇ ਉਹਨਾਂ ਨੂੰ ਵੀ ਅੱਜ ਸਾਡੀ ਭੈਣਾਂ ਹੋ ਗਈਆਂ ਮਾਵਾਂ ਹੋ ਗਈਆਂ ਸਾਰੇ ਜਿਹੜੀ ਹੈ ਸੜਕਾਂ ਤੇ ਉਤਰ ਗਈਆਂ ਨੇ ਕਿਸਾਨਾਂ ਨਾਲ ਖੜੀਆਂ ਨੇ ਆਪਣੀ ਮੰਗਾਂ ਮਨਵਾ ਕੇ ਰਹਿਣੀਆਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਵੀਰੇ ਇਹ ਮਾਵਾਂ ਨੇ ਇਹ ਪੁੱਤ ਜੰਮੇ ਆ ਠੀਕ ਆ ਇਹ ਸੰਘਰਸ਼ੀ ਜੋ ਦੇ ਇਹਨਾਂ ਮਾਵਾਂ ਨੇ ਜੰਮੇ ਆ ਤੇ ਫਿਰ ਮਾਵਾਂ ਪਿੱਛੇ ਕਿਉਂ ਹਟਣਗੀਆਂ ਭੈਣਾਂ ਪਿੱਛੇ ਕਿਉਂ ਹਟਣਗੀਆਂ ਠੀਕ ਆ ਨਾ ਅਸੀਂ ਤਾਂ ਕਹਿੰਦੇ ਉਹ ਕਹਿੰਦੇ ਆ ਨਾ ਕਿ ਲਕਸ਼ਮੀ ਤੋਂ ਮਤਲਬ ਨਾਰਾਇਣ ਤੋਂ ਪਹਿਲਾਂ ਲਕਸ਼ਮੀ ਦਾ ਨਾਮ ਆਉਂਦਾ ਤੇ ਮਾਵਾਂ ਅੱਗੇ ਲੱਗਣਗੀਆਂ ਵੀਰੇ ਪਿੱਛੇ ਕਾਹਤੋਂ ਹਟਣਗੀਆਂ ਮਾਵਾਂ ਤਾਂ ਅੱਗੇ ਜਾਣਗੀਆਂ ਮਾਈ ਭਾਗੋ ਦੀਆਂ ਵਾਰਸਾਂ ਐ ਥੋੜੀ ਪਿੱਛੇ ਹਟ ਕੇ ਬਹਿ ਜਾਣਗੀ ਵੈਸੇ ਆਪਣੇ ਵੀਰ ਮਰਵਾ ਦੀ ਤਾਂ ਅਪਜਾਈਏ ਨਾ ਅਸੀਂ ਨਾਲ ਖੜਾਂਗੀਆਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਇਹਨਾਂ ਦੇ ਨਾਲ ਦਿੱਲੀ ਕੁਝ ਬੈਰੀਕੇਡ ਤੋੜ ਕੇ ਕਰਾਂਗੇ ਕੱਲ ਅੱਧਾ ਫਤਿਹ ਕਰਤਾ ਸੀ ਅੱਧਾ ਅੱਜ ਕਰ ਦੇਗੇ ਉਸ ਤੋਂ ਬਾਅਦ ਦੇਖੋ ਪ੍ਰਸ਼ਾਸਨ ਨੇ ਆਪਣਾ ਕੰਮ ਕਰਨਾ ਆ ਤਨਖਾਹ ਲਈ ਮੈਂ ਲੱਖ ਲੱਖ ਰੁਪਈਆ ਹਰ ਮਾਰੀ ਫੌਜਾਂ ਜਾਣ ਸੀ ਆਏ ਹਾਂ ਉਹ ਖਾਲਸੇ ਦੀ ਫੌਜ ਆ ਉਹਨੂੰ ਕਰਨਾ ਤਨਖਾਹ ਉਹਨੂੰ ਸਿਰਫ ਥਾਪੜਾ ਚਾਹੀਏ ਆ ਸੱਚੇ ਪਾਤਸ਼ਾਹ ਗਾ ਔਰ ਥਾਪੜਾ ਮਿਲਿਆ ਹੋਇਆ ਆ ਕੋਈ ਦਿੱਕਤ ਨਹੀਂ ਹੈ ਅੱਜ ਅੱਧਾ ਫਤਿਹ ਕਰ ਦੇਵੇ ਕੱਲ੍ਹ ਅੱਧਾ ਫਤਿਹ ਕਰ ਦੀ ਇਹਦਾ ਬਾਕੀ ਸਰਕਾਰ ਨੂੰ ਕਹਾਂ ਆ ਸਰਕਾਰ ਨੂੰ ਸੁਪਰੀਮ ਕੋਰਟ ਨੇ ਵੀ ਕੱਲ੍ਹ ਬਹੁਤ ਫਟਕਾਰ ਪਾਈ ਆ ਵੀ ਥਰਾ ਹੱਕੋ ਨਹੀਂ ਬਣਦਾ ਰੋਡ ਜਾਮ ਕਰਨੇ ਗਾ ਥਰਾ ਹੱਕ ਕਿਆ ਆ ਨਹੀਂ ਦਿੱਲੀ ਜਾ ਰਹੇ ਹਾਂ ਤੋ ਦਿੱਲੀ ਜਾ ਰਹੇ ਹਾਂ ਜੈਗਾ ਜਿਸ ਸਟੇਟ ਮਾ ਹਮ ਜਾ ਰਹੇ ਹਾਂ ਉਹ ਸਟੇਟ ਮਾ ਨੂੰ ਤੰਗ ਕਰਾਂ ਨਾ ਹਰਿਆਣੇ ਨੂੰ ਤਾਂ ਹਮ ਤੰਗੋ ਨਹੀਂ ਕਰ ਰਹੇ ਹੈ ਨਾ ਹਰਿਆਣੇ ਗੱਲ ਕਰ ਮਾਰੀ ਬਾਤ ਆ ਮਾਰੀ ਬਾਤ ਆ ਦਿੱਲੀ ਸਰਕਾਰ ਗੱਲ ਤੋ ਦਿੱਲੀ ਸਰਕਾਰ ਬੈਰੀਗੇਡ ਲਾਵਾ ਹਮ ਉਨਕੇ ਬੈਰੀਗੇਟਾਂ ਕਾ ਸਵਾਗਤ ਕਰਾਂਗੇ ਪਰ ਇਨਕੇ ਬੈਰੀਗੇਟਾਂ ਕਾ ਸਵਾਗਤ ਨਹੀਂ ਹਮ ਕਰਦੇ ਹਾਂ ਜੇ ਖੱਟਰ ਕਹਾ ਮੈਂ ਯਹਾਂ ਰੋਕ ਲੂੰਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਹੈ ਲਾ ਲਓ ਜਿੰਨਾ ਜਿੰਨੇ ਜੋਰ ਲਾਣਾ ਆ ਕਦੇ ਕੋਈ ਮਨ 'ਚ ਬਲਬਲਾ ਰਹਿ ਜੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਨੂੰ ਵੀ ਨਾ ਕੋਈ ਬੈਰੀਗੇਡ ਰਹਿਣਾ ਜੇ ਦਿੱਲੀ ਕੂਚ ਹੈ ਤਾਂ ਦਿੱਲੀ ਕੂਚ ਹੈ ਪਹਿਲਾਂ ਵੀ ਆਪਾਂ ਨੇ ਕਿਹਾ ਵਾ
ਵੀ ਦਿੱਲੀ ਕੁਝ ਕਰਨਾ ਹੀ ਕਰਨਾ ਹੈ। ਅੱਜ ਤੱਕ ਜੋ ਵੀ ਜਥੇਬੰਦੀਆਂ ਆਪਣੀਆਂ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਆਪਣਾ ਉਹਨਾਂ ਦੀ ਕਾਲ ਹੈ ਵੀ ਆਪਾਂ ਦਿੱਲੀ ਜਾਣਾ ਹੈ। ਇਹ ਨਹੀਂ ਹੈ ਕਿ ਐਵੇਂ ਹੀ ਹਵਾ 'ਚ ਬਾਤਾਂ ਕਰਕੇ ਕਹਿਤਾ ਵੀ ਦਿੱਲੀ ਜਾਣਾ ਹੈ। ਇਹ ਇੱਕ ਜਨੂਨ ਹੈ, ਸਾਡੀ ਹੱਕ ਦੀ ਲੜਾਈ ਹੈ, ਸਾਡੇ ਜ਼ਮੀਰ ਦੀ ਲੜਾਈ ਹੈ। ਮੈਂ ਤਾਂ ਇਸੇ ਕਰਕੇ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੋ ਵੀ ਆਪਣੇ ਆਪਣੇ ਘਰਾਂ ਬੈਠੇ ਹਾਂ, ਸਭੇ ਆਓ, ਬਾਹਰ ਆਓ ਔਰ ਇਹ ਲੜਾਈ ਲੜੋ। ਅਗਰ ਆਪ ਇਹ ਲੜਾਈ ਨਹੀਂ ਲੜਾਂਗੇ, ਸਰਕਾਰ ਫਿਰ ਤੁਹਾਨੂੰ ਕੋਈ ਲੜਾਈ ਲੜਨ ਵੀ ਨਹੀਂ ਦਿੰਦੀ ਹੈ। ਇਸੇ ਕਰਕੇ ਸਾਰੇ ਨੌਜਵਾਨ, ਸਾਰੇ ਜੋ ਮੇਰੇ ਬਜ਼ੁਰਗਾਂ, ਉਹਨੂੰ ਨੌਜਵਾਨਾਂ ਨੂੰ ਥਾਪੜਾ ਦੇ ਕੇ ਭੇਜੋ ਬਈ ਕੰਮ ਕਰਨਾ ਹੈ, ਸ਼ਾਂਤੀ ਗੱਲ, ਸੂਝ ਬੂਝ ਗੱਲ, ਔਰ ਆਪਾਂ ਨੇ ਇਹ ਲੜਾਈ ਜਿੱਤਣੀ ਆ, ਫਤਿਹ ਕਰਕੇ ਹਟਾਂਗੇ। ਪਹਿਲਾਂ ਵੀ ਫਤਿਹ ਕਰੀ ਆ, ਅੱਜ ਤੱਕ ਕੋਈ ਵੀ ਜੰਗ ਲੜੀ ਆ ਫਤਿਹ ਕਰੀ ਆ, ਔਰ ਅਕਾਲ ਪੁਰਖ ਦਾ ਹੁਕਮ ਵੀ ਆਪਾਂ ਨਾ ਅੱਜ ਤੱਕ ਕਦੀ ਜੰਗ ਪਹਿਲਾਂ ਹਾਰੇ ਹਾਂ ਔਰ ਨਾ ਕਦੀ ਅੱਗਾ ਹਾਰਾਂਗੇ। ਨਾਲੇ ਦੇਖੋ ਸਾਡੇ ਕਿੰਨੇ ਭੰਡਾਰੇ ਲੱਗੇ ਵਾ, ਗੁਰੂ ਦੇ ਸਿੱਖ ਬੈਠੇ ਆ ਤੇ ਭੰਡਾਰੇ ਚੱਲ ਰਹੇ ਆ। ਬਾਬੇ ਤੁਸੀਂ ਕੀ ਕਰਨ ਗਏ ਸੀ ਉੱਥੇ? ਹੁਣ ਮੈਂ ਤਾਂ ਫੌਜੀਆਂ ਨੂੰ ਦੇਖਣ ਗਿਆ ਤਾ। ਕੀ ਦੇਖਣ ਗਏ ਸੀ? ਤਿਆਰੀ ਕਰਨ ਰਾਤ ਦੀ ਕੁੜੀ ਚੋ ਦਿਨ ਸਾਰੀ ਰਾਤ ਨਹੀਂ ਸੋਇਆ। ਠਾ ਮਹਾਨਵੀ ਸਾਰੀ ਰਾਤ ਨਹੀਂ ਸੌਂਦਿਆ। ਕੀ ਕਹਿ ਕੇ ਆਇਓ ਫੌਜੀਆਂ ਨੂੰ? ਹੁਣ ਚੈਲੰਜ ਦੇਣ ਗਿਆ ਤਾ। ਤਿਆਰ ਹੋ। ਫੌਜੀਆਂ ਨੇ ਕਿਹਾ ਵੀ ਤਿਆਰੀ ਆ, ਹੁਣ ਘੰਟੇ ਕਿਤੇ ਸਾਨੂੰ ਭਜਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਬੈਰੀਕੇਡ ਤੋੜ ਦੇਣੀ ਬਾਬਾ ਜੀ? ਤੋੜ ਦੇਣੀ ਅੱਜ, ਤੋੜ ਦੇਣੀ। ਹਾਂ, ਅੱਜ ਹਰਿਆਣਾ ਐਂਟਰੀ ਕਰ ਜਾਣੀ ਹੈ। ਹਾਂਜੀ, ਜਦ ਇਹਨਾਂ ਦੇ ਹੱਥ ਉੜਤੀ ਨਾ, ਮੈਂ ਫਿਰ ਗੌਰਮੈਂਟ ਗਈ। ਇੱਕ ਸੋਚ ਲਓ ਕਿ ਸਾਡੇ ਲੋਕ ਵਿਕ ਜਾਂਦੇ ਆ, ਹੈਂ ਵਿਕ ਜਾ। ਇੱਕ ਹੁਣ ਵੋਟਾਂ ਇਹਨਾਂ ਨੇ ਕਿਹੜੀ ਕਿਸੇ ਦਾ, ਤੁਸੀਂ MLA ਦੀਆਂ ਵੋਟਾਂ 'ਚ ਖੜੋ। ਪਹਿਲਾਂ ਤਾਂ ਸਹੀ ਮੋਰਚਾ ਜਿੱਤਿਆ, ਪਰ ਅਜੇ 6-6 ਮਹੀਨੇ ਹੋਰ ਬਹਿ ਜਾਂਦੇ ਤੁਸੀਂ, ਇਹ ਫਤਿਹ ਹੋ ਜਾਣਾ। ਉਹ ਕੱਚੇ ਛੱਡਦੇ ਇਹਨਾਂ ਨੇ ਕਾਗਜ਼। ਇਹ ਜਿਹੜਾ ਕਾਨੂੰਨ ਆ ਇਹ ਸਾਰਾ ਮਾੜਾ ਹੀ ਆ। ਦਾਣਾ ਜ਼ਿਮੀਂਦਾਰ 'ਚ ਬੀਜੇਗਾ ਤਾਂ ਹੀ ਜੀਰੀ ਲਗਾਏਗੇ, ਚਾਵਲ ਆਊਗਾ। ਹੁਣ ਆ ਸੜਕ ਦੇਖੋ ਜੀ ਟੁੱਟੀ ਪਈ। हमसे जुड़े रहने के लिए हमारे YouTube चैनल को सब्सक्राइब करें और नई वीडियो की नोटिफिकेशन के लिए बेल आइकॉन को दबाएं। अगर आप ये वीडियो Facebook पर देख रहे हैं तो लाइक जरूर करें और ज्यादा से ज्यादा शेयर करें। धन्यवाद।